ਮੈਨੂੰ ਵੀਰ ਨੇ ਆਖਿਆ ਸੀ ਕਿ ਗੱਲ ਜ਼ਰੂਰ ਕਰਿਓ। ਜਿਸ ਦਰਬਾਰ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਇੱਕ ਦੋ ਨਹੀਂ ਲੱਖਾਂ ਹੀ ਹਜ਼ਾਰਾਂ ਹੀ ਸਿਰ ਲੱਗੇ ਨੇ, ਲੱਖਾਂ ਹੀ ਸਿਰ ਲੱਗੇ ਨੇ ਸਿੰਘਾਂ ਦੇ। ਅੱਜ ਉਸ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਕੀ ਹੋ ਰਿਹਾ ਆ? ਅੱਜ ਦੇ ਸਮੇਂ ਦੀ ਗੱਲ ਕਰੀਏ, ਧਿਆਨ ਦਿਓ, ਮੈਂ ਦੋ ਕੁ ਬੇਨਤੀਆਂ ਕਰਕੇ ਸਮਾਪਤੀ ਕਰ ਦੇਣੀ ਜੇ। ਅੱਜ ਉਸ ਧਰਤੀ ਵੱਲ ਝਾਤੀ ਮਾਰੋ, ਸ਼੍ਰੀ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਕੀ ਹੋ ਰਿਹਾ ਆ? ਬਾਬਾ ਦੀਪ ਸਿੰਘ ਜੀ ਮਹਾਰਾਜ ਜੀਆਂ ਨੇ ਸੀਸ ਭੇਟ ਕੀਤਾ ਉਸ ਧਰਤੀ ਦੇ ਉੱਤੇ, ਕੀ ਕੁਝ ਨਹੀਂ ਹੋਇਆ ਸਿੱਖਾਂ ਦੇ ਨਾਲ? ਇੱਥੋਂ ਤੱਕ ਸ਼ਾਇਦ ਲਿਖਦਾ ਆ, ਕਹਿੰਦਾ ਜਿਹੜੇ ਦਰਬਾਰ ਸਾਹਿਬ ਤੇ ਮਾਰਬਲ ਲੱਗਿਆ ਆ ਨਾ, ਮਾਰਬਲ ਜਿਹਦੇ ਉੱਤੇ ਤੁਸੀਂ ਪਰਿਕਰਮਾ ਤੇ ਤੁਰਦੇ ਹੋ, ਇੰਜ ਸਮਝ ਲਓ ਇਹ ਪੱਥਰ ਨਹੀਂ, ਇਸ ਪੱਥਰ ਦੇ ਥੱਲੇ ਅਨੇਕਾਂ ਸ਼ਹੀਦ ਸਿੰਘਾਂ ਦੇ ਸਿਰ ਲੱਗੇ ਹੋਏ ਨੇ। ਸਿਰ ਐਵੇਂ ਨਹੀਂ, ਐਵੇਂ ਨਹੀਂ ਉਹ ਰੂਹਾਨੀਅਤ ਦਾ ਦਰਦ, ਉੱਥੇ ਸ਼ਹੀਦ ਸਿੰਘਾਂ ਦੇ ਸਿਰ ਲੱਗੇ ਹੋਏ ਨੇ। ਸੋ ਅੱਜ ਉਸ ਸਥਾਨ ਦੇ ਉੱਤੇ ਮੈਂ ਬੇਨਤੀ ਕਰਾਂ, ਮੈਨੂੰ ਆਖਿਆ ਗਿਆ ਹੈ ਕਿ ਜ਼ਰੂਰ ਥੋੜ੍ਹੀ ਜਿਹੀ ਗੱਲ ਕਰਿਓ। ਉਸ ਸਥਾਨ ਦੇ ਉੱਤੇ ਪ੍ਰਕਰਮਾ ਦੇ ਵਿੱਚ ਜਿਹੜੇ ਬੁੱਤ ਲੱਗੇ ਨੇ ਨਾ, ਭੰਗੜੇ ਵਾਲੇ, ਨੱਚਣ ਟੱਪਣ ਵਾਲੇ, ਹੁਣ ਵਿਚਾਰ ਕਰਿਓ, ਬੜੇ ਨੇ ਜਿਹੜੇ ਸਮਰਥਨ ਕਰਦੇ ਨੇ ਉਸ ਬੁੱਤਾਂ ਦਾ, ਕੀ ਕਹਿੰਦੇ ਨੇ ਬੁੱਤ? ਠੀਕ ਆ, ਸਾਨੂੰ ਕੁਝ ਨਹੀਂ ਕਹਿੰਦੇ ਉਹ ਬੁੱਤ, ਚੱਕ ਕੇ ਕਿਸੇ ਹੋਰ ਪਾਰਕ ਵਿੱਚ ਲਗਾ ਦਿੱਤੇ ਜਾਣ, ਚੱਕ ਕੇ ਕਿਤੇ ਹੋਰ ਇੱਧਰ ਉੱਧਰ ਲਗਾ ਦਿਓ, ਕੁਝ ਨਹੀਂ ਕਹਿੰਦੇ। ਪਰ ਜਿਸ ਥਾਂ ਤੇ ਉਹ ਬੁੱਤ ਲੱਗੇ ਨੇ, ਉਸ ਥਾਂ ਕਿਹੜੀ ਹੈ? ਗੱਲ ਵੱਲ ਛਾਤੀ ਤੇ ਮਾਰੋ, ਇਹ ਉਹ ਥਾਂ ਆ ਜਿਸ ਥਾਂ ਤੇ ਇੱਕ ਨਹੀਂ ਲੱਖਾਂ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ, ਤੇ ਅੱਜ ਤੁਸੀਂ ਉਸ ਥਾਂ ਨੂੰ ਨੱਚਣ ਟੱਪਣ ਵਾਲਾ ਬਣਾ ਦਿਓ। ਹੁਣ ਇਹ ਹਕੀਕਤ ਆ, ਹਕੀਕਤ ਇਹ ਸੱਚ ਆ, ਇਹ ਤੋਂ ਭੱਜਿਆ ਨਹੀਂ ਜਾ ਸਕਦਾ। ਅੱਜ ਲੋਕੀ ਆਉਂਦੇ ਨੇ ਦੂਰੋਂ ਨੇੜਿਓਂ, ਉਹਨਾਂ ਬੁੱਤਾਂ ਕੋਲ ਖੜ ਕੇ, ਅੱਜ ਦੂਰੋਂ ਨੇੜਿਓਂ ਆਉਂਦੇ ਬੁੱਤਾਂ ਦੇ ਕੋਲ ਖੜ ਕੇ ਸੈਲਫੀਆਂ ਲੈਂਦੇ ਨੇ, ਨੱਚਦੇ ਟੱਪਦੇ ਨੇ, ਉਸੇ ਤਰ੍ਹਾਂ ਹੀ ਅੰਦਰ ਦਰਬਾਰ ਸਾਹਿਬ 'ਚ ਜਾ ਕੇ ਟਿਕਟੋਕ 'ਤੇ ਵੀਡੀਓ ਵੀ ਬਣਾਉਂਦੇ ਨੇ। ਕਿਉਂ? ਜੋ ਮਾਹੌਲ ਬਾਹਰੋਂ ਬਣਿਆ ਉਹੀ ਉਹ ਅੰਦਰ ਵੀ ਚਲੇ ਗਿਆ। ਦੂਜੀ ਗੱਲ, ਜਿਹੜੇ ਵਿਦੇਸ਼ਾਂ ਦੀ ਧਰਤੀ ਤੋਂ ਸੈਲਾਨੀ ਆ ਰਹੇ ਨੇ, ਟੂਰਿਸਟ ਆ ਰਹੇ ਨੇ, ਉਹ ਰੂਹਾਨੀਅਤ ਨੂੰ ਮਹਿਸੂਸ ਕਰਨ ਵਾਸਤੇ ਆਉਂਦੇ ਨੇ, ਪਰ ਜਦੋਂ ਦੇਖਦੇ ਨੇ ਬੁੱਤ ਲੱਗੇ, ਭੰਗੜੇ ਦੇ, ਨਾਚ ਦੇ, ਗਿੱਧੇ ਦੇ, ਉਹ ਨਚਾਰਾਂ ਦੇ ਬੁੱਤ ਲੱਗੇ ਦੇਖਦੇ ਨੇ, ਤੇ ਕੀ ਉਹਨਾਂ ਦੇ ਹਿਰਦੇ 'ਚ ਗੱਲ ਜਾਂਦੀ ਆ ਕਿ ਸਿੱਖ ਜਿਹੜੇ ਨੇ ਬਸ ਬੱਲੇ ਬੱਲੇ ਕਰਨ ਜੋਗੇ ਨੇ, ਬਸ ਇਹ ਬੱਲੇ ਬੱਲੇ ਹੀ ਕਰਦੇ ਨੇ, ਤੇ ਹੁੰਦਾ ਹੀ ਆ। ਬੜੇ ਨੇ ਜਿਹੜੇ ਅੱਜ ਸਿੱਖਾਂ ਨੂੰ ਵੇਖ ਕੇ ਬੱਲੇ ਬੱਲੇ ਕਰਨ ਲੱਗ ਜਾਂਦੇ ਨੇ, ਬਸ ਇਹੀ ਕੁਛ ਆ ਸਿੱਖਾਂ ਦੇ ਪੱਲੇ। ਜਦਕਿ ਉਸ ਧਰਤੀ ਦੇ ਉੱਤੇ ਅਮਰ ਸ਼ਹੀਦ ਮਹਾਨ ਬਾਬਾ ਦੀਪ ਸਿੰਘ ਜੀ ਦਾ ਬੁੱਤ ਲੱਗਣਾ ਚਾਹੀਦਾ, ਸੀਸ ਹੱਥ ਤੇ ਰੱਖਿਆ ਹੋਇਆ। ਮੈਂ ਬੁੱਤਾਂ ਦਾ ਉਪਾਸਕ ਨਹੀਂ ਹੈਗਾ, ਇਹ ਨਾ ਸੋਚਿਓ ਕਿ ਬੁੱਤਾਂ ਦੀ ਹਿਮਾਇਤ ਕਰਨ ਲੱਗ ਗਿਆ। ਪਰ ਜੇ ਉੱਥੇ ਭੰਗੜੇ ਦੇ ਬੁੱਤ ਲੱਗੇ ਨੇ, ਉੱਥੇ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਢਦਿਆਂ ਦਾ ਬੁੱਤ ਲੱਗਣਾ ਚਾਹੀਦਾ ਆ, ਭਾਈ ਤਾਰੂ ਸਿੰਘ ਜੀ ਦਾ ਖੋਪੜੀ ਲੱਥਦਿਆਂ ਦਾ ਬੁੱਤ ਲੱਗਣਾ ਚਾਹੀਦਾ ਆ। ਸਾਡੇ ਸ਼ਹੀਦ ਜੋ ਛੋਟੀਆਂ ਛੋਟੀਆਂ ਉਮਰਾਂ ਵਿੱਚ ਸ਼ਹਾਦਤਾਂ ਦੇ ਗਏ, ਮੀਰ ਮੰਨੂ ਦੇ ਸਮੇਂ ਵਿੱਚ ਜਿਹਨਾਂ ਮਾਵਾਂ ਨੇ ਗਲਾਂ ਦੇ ਵਿੱਚ ਪੁੱਤਰਾਂ ਦੇ ਹਾਰ ਪੁਆਏ, ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਨੇ, ਜਿਹਨਾਂ ਨੂੰ ਹਵਾ ਵਿੱਚ ਉਛਾਲਿਆ ਜਾਂਦਾ ਸੀ, ਨੇਜਿਆਂ ਤੇ ਟੰਗ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ, ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਨੇ, ਜਿਹੜੇ ਦੇਗਿਆਂ ਵਿੱਚ ਬੈਠ ਕੇ ਉਬਲ ਗਏ, ਜਿਹਨਾਂ ਦੇ ਸਰੀਰ ਦੋ ਹਿੱਸੇ ਹੋ ਗਏ, ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਨੇ, ਤਾਂ ਕਿ ਲੋਕ ਆ ਕੇ ਦੇਖਣ, ਸਾਡੇ ਬੱਚੇ ਜਾ ਕੇ ਉੱਥੇ ਦੇਖਣ ਤੇ ਪੁੱਛਣ ਇਹ ਕੌਣ ਨੇ, ਪੁੱਛਣ ਇਹ ਜਿਹਦਾ ਸਰੀਰ ਦੋ ਹਿੱਸੇ ਹੋ ਗਿਆ ਇਹ ਕੌਣ ਆ, ਤੇ ਅਸੀਂ ਦੱਸੀਏ।
ਪੁੱਛੋ ਨੇ ਜਿਹਦੀ ਖੋਪੜੀ ਲੱਥ ਗਈ, ਇਹ ਭਾਈ ਕੌਣ ਹੈ? ਇਹ ਭਾਈ ਤਾਰੂ ਸਿੰਘ, ਇਹ ਕੌਣ ਹੈ? ਇਹਦੀ ਖੋਪੜੀ ਕਿਉਂ ਲਾਈ ਗਈ? ਪੁੱਛੋ ਨਾ ਕੇ। ਇਹ ਇਤਿਹਾਸ ਹੈ ਸਾਡਾ, ਸ਼ਹੀਦਾਂ ਦੇ ਬੁੱਤ ਲਗਾ ਦਿੱਤੇ ਜਾਣ, ਪਰ ਅਫਸੋਸ ਜੇ ਕਿਸੇ ਨੇ ਵਿਰੋਧ ਕੀਤਾ, ਜੇ ਕਿਸੇ ਨੇ ਅੱਗੇ ਹੋ ਕੇ ਹਿੰਮਤ ਕੀਤੀ ਤੋੜਨ ਦੀ, ਉਹਨਾਂ ਨੂੰ ਕਤਲ ਕੇਸ ਪਾ ਕੇ, ਇਰਾਦਾ ਕਤਲ ਕੇਸ ਪਾ ਕੇ ਅੰਦਰ ਕਰ ਦਿੱਤਾ ਗਿਆ। ਅੱਜ ਮੇਰੇ ਨੌਜਵਾਨ ਵੀਰ ਜਿਨ੍ਹਾਂ ਨੇ ਹਿੰਮਤ ਦਿਖਾਈ, ਦੇਖੋ ਬੜਿਆਂ ਸਾਲਾਂ ਤੋਂ, ਇਹ ਨਹੀਂ ਕਿ ਅੱਜ ਨਹੀਂ ਮੰਗ ਕੀਤੀ, ਬੜਿਆਂ ਸਾਲਾਂ ਤੋਂ ਅਕਾਲ ਤਖਤ ਸਾਹਿਬ 'ਤੇ ਵੀ ਮੰਗ ਕੀਤੀ ਗਈ, ਬੜਿਆਂ ਸਾਲਾਂ ਤੋਂ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤੇ ਗਏ, SGPC ਨੂੰ ਵੀ ਮੰਗ ਪੱਤਰ ਦਿੱਤੇ ਗਏ, ਪਰ ਨਹੀਂ ਸੁਣੀ ਗਈ ਕਿਸੇ ਪਾਸੇ। ਜਦ ਕਿਸੇ ਪਾਸੇ ਵਾਹ ਨਹੀਂ ਚੱਲੀ, ਫਿਰ ਆਪ ਕਾਰਵਾਈ ਕੀਤੀ, ਅਤੇ ਅੱਜ ਵੀ ਉਸ ਧਰਤੀ ਦੇ ਉੱਤੇ ਧਰਨੇ ਲੱਗੇ ਨੇ। ਕਿਉਂ ਧਰਨੇ ਲਾਉਣੇ ਪੈ ਰਹੇ ਨੇ? ਕਿਉਂ? ਉਹ ਸਿੱਖਾਂ ਦੀ ਭੂਮੀ ਆ, ਉਹ ਸਾਡਾ ਸਥਾਨ ਹੈ, ਉਹ ਰੂਹਾਨੀਅਤ ਦਾ ਘਰ ਹੈ, ਉੱਥੇ ਸ਼ਹੀਦ ਸਿੰਘਾਂ ਦੇ ਬੁੱਤ ਲੱਗਣੇ ਚਾਹੀਦੇ ਨੇ, ਅਤੇ ਕੋਈ ਐਡੀ ਵੱਡੀ ਗੱਲ ਨਹੀਂ। ਮੈਂ ਬੇਨਤੀ ਕਰਾਂ ਜੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਇਹ ਬਿਆਨ ਕਰ ਦੇਣ ਕਿ ਉਹਨਾਂ ਬੁੱਤਾਂ ਦੀ ਹਟਾ ਕੇ ਸ਼ਹੀਦ ਸਿੰਘਾਂ ਦੇ ਬੁੱਤ ਲੱਗਣ, ਤਾਂ ਲੱਗ ਜਾਣਗੇ। ਕਿਹੜੀ ਵੱਡੀ ਗੱਲ ਹੈ? ਕਿਹੜੀ ਵੱਡੀ ਗੱਲ ਹੈ? ਅੱਜ ਸਿੱਖਾਂ ਦੀ ਸਰਮੋਦ ਸੰਸਥਾ ਸ਼੍ਰੋਮਣੀ ਕਮੇਟੀ SGPC ਦੇ ਪ੍ਰਧਾਨ ਅੱਜ ਆਖ ਦੇਵੇ ਕਿ ਇਹਨਾਂ ਨੂੰ ਹਟਾ ਕੇ ਦੂਜੇ ਬੁੱਤ ਲਾਏ ਜਾਣ, ਤਾਂ ਕਿਹੜੀ ਵੱਡੀ ਗੱਲ ਹੈ? ਹੋ ਜਾਣਗੇ, ਪਰ ਕਿਉਂ ਚੁੱਪ ਬੈਠੇ ਨੇ ਮੈਨੂੰ ਸਮਝ ਨਹੀਂ ਆ ਰਹੀ। ਉਹਨਾਂ ਨੌਜਵਾਨਾਂ ਦੀ ਜ਼ਿੰਦਗੀ ਕਿਉਂ ਬਰਬਾਦ ਕਰਦੇ ਨੇ ਮੈਨੂੰ ਸਮਝ ਨਹੀਂ ਆ ਰਹੀ। ਅੱਜ ਇੱਕ ਬਿਆਨ ਜਾਰੀ ਕੀਤਾ ਜਾਵੇ ਅਕਾਲ ਤਖਤ ਸਾਹਿਬ ਵੱਲੋਂ ਕਿ ਅਰੈਸਟ ਕੀਤੇ ਹੋਏ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਬੁੱਤ ਹਟਾਏ ਜਾਣ, ਤਾਂ ਕਿਵੇਂ ਨਹੀਂ ਹਟਦੇ? ਦੇਖ ਲਓ, ਹਟਣਗੇ। ਅੱਜ SGPC ਵੱਲੋਂ ਇਹ ਐਲਾਨ ਕੀਤਾ ਜਾਵੇ ਕਿ ਅਸੀਂ ਬੁੱਤ ਹਟਾਉਣਾ ਚਾਹੁੰਦੇ ਹਾਂ, ਉਹਨਾਂ ਸਿੱਖਾਂ ਨੂੰ ਛੱਡੋ, ਬਾਇਜ਼ਤ ਬਰੀ ਕਰੋ। ਕਿਉਂ ਨਹੀਂ ਰਿਹਾ ਹੋਣਗੇ? ਹੋ ਜਾਣਗੇ, ਪਰ ਪਤਾ ਨਹੀਂ ਕਿਉਂ। ਮੈਂ ਜਿਹੜੀ ਗੱਲ ਪਹਿਲੇ ਆਖ ਚੁੱਕਿਆ ਹਾਂ, ਸਾਡੇ ਲਿਬਾਸ ਦੇ ਵਿੱਚ, ਸਿੱਖਾਂ ਦੇ ਭੇਸ ਦੇ ਵਿੱਚ ਅੱਜ ਜ਼ਕਰੀਆ ਖਾਨ ਆ ਕੇ ਬਹਿ ਗਏ ਨੇ। ਅੱਜ ਸਿੱਖਾਂ ਦੇ ਭੇਸ ਦੇ ਵਿੱਚ ਜਹਾਨ ਖਾਨ ਵਰਗੇ ਆ ਕੇ ਬਹਿ ਗਏ ਨੇ, ਮੀਰ ਮੰਨੂ ਵਰਗੇ ਆ ਕੇ ਅੱਜ ਸਾਡੇ ਭੇਸ ਵਿੱਚ ਬੈਠੇ ਨੇ, ਤਾਂ ਹੀ ਸਾਡੀ ਸੁਣਵਾਈ ਨਹੀਂ ਹੋ ਰਹੀ। ਨਹੀਂ ਤਾਂ ਹੁਣ ਤੱਕ ਤਾਂ ਉਹ ਹਟ ਜਾਣੇ ਸੀ। ਕਿੱਡੀ ਕੁ ਵੱਡੀ ਗੱਲ ਆ! ਸੋ ਰਹੋ ਵਿਚਾਰ।